ਅੱਜ ਦੀ ਮੀਟਿੰਗ ਸਲਾਮ ਕਾਫਲਾ ਵੱਲੋਂ ਪ੍ਰੋਗਰਾਮ ਹੋ ਰਿਹਾ 9 ਜੂਨ ਨੂੰ ਸੁਰਜੀਤ ਪਾਤਰ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ। ਉਸ ਪ੍ਰੋਗਰਾਮ ਦੀ ਤਿਆਰੀ ਦੇ ਹਿੱਸੇ ਦੇ ਤੌਰ 'ਤੇ ਇਹ ਮੀਟਿੰਗ ਰੱਖੀ ਗਈ ਹੈ। ਅੱਜ ਚਰਚਾ ਹੋਈ ਹੈ ਉਹਨਾਂ ਦੀ ਕਵਿਤਾ ਬਾਰੇ, ਰਚਨਾ ਬਾਰੇ, ਉਸ ਪ੍ਰੋਗਰਾਮ ਦੇ ਮਹੱਤਵ ਬਾਰੇ, ਕਿਉਂਕਿ ਇਹ ਸਲਾਮ ਕਾਫਲਾ ਦਾ ਮਕਸਦ ਹੈ ਇਸ ਪਲੇਟਫਾਰਮ ਦਾ, ਜਿਹੜੇ ਸਾਹਿਤ ਦੇ ਖੇਤਰ ਦੇ ਲਿਟਰੇਚਰ ਦੇ ਰੰਗਕਰਮੀ ਨੇ ਜਾਂ ਸਾਹਿਤ ਦੇ ਅਦਬ ਦੇ ਖੇਤਰ ਦੇ ਲੋਕ ਨੇ, ਉਹਨਾਂ ਲੋਕਾਂ ਦਾ ਜਿਹੜੇ ਲੋਕਾਂ ਦੀਆਂ ਮਸਲਿਆਂ ਵਾਸਤੇ ਸੰਘਰਸ਼ ਕਰ ਰਹੇ ਨੇ, ਇਹਨਾਂ ਦੀ ਆਪਸੀ ਸਾਂਝ ਜਿਹੜੀ ਡੂੰਘੀ ਹੋਵੇ। ਸੋ ਸਲਾਮ ਕਾਫਲਾ ਨੇ ਪਹਿਲਾਂ ਗੁਰਚਰਨ ਸਿੰਘ ਉਹਨਾਂ ਨੂੰ 2006 'ਚ ਸਨਮਾਨਿਤ ਕੀਤਾ, ਉਸ ਤੋਂ ਬਾਅਦ ਮੇਅਰ ਔਲਖ ਉਹਨਾਂ ਨੂੰ ਕੀਤਾ, ਸੰਤੋਖ ਸਿੰਘ ਧੀਰੋਂ ਨੇ, ਗੁਰਦਿਆਲ ਸਿੰਘ ਨੇ ਕਿ ਹੋਰ ਸਾਰੇ ਸਾਹਿਤਕਾਰਾਂ ਨੂੰ ਅਸੀਂ ਸਨਮਾਨਿਤ। ਸਭ ਤੋਂ ਵੱਡਾ ਸਨਮਾਨਿਤ ਅਸੀਂ ਇਹ ਸੋਚਦੇ ਹਾਂ ਕਿ ਜਨਤਾ, ਬਹੁਤ ਵੱਡੀ ਜਨਤਾ ਜਦੋਂ ਇਕੱਠੀ ਹੋ ਕੇ ਸਨਮਾਨ ਦਿੰਦੀ ਹੈ ਕਿਸੇ ਰਾਸ਼ੀ ਨਾਲੋਂ ਜਾਂ ਹੋਰ ਚੀਜ਼ਾਂ ਨਾਲੋਂ, ਇਸ ਗੱਲ ਨੂੰ ਅਸੀਂ ਜ਼ਿਆਦਾ ਮਹੱਤਵਪੂਰਨ ਸਮਝਦੇ ਹਾਂ। ਸੋ ਉਸੇ ਰਵਾਇਤ ਮੁਤਾਬਕ ਅਸੀਂ ਸੁਰਜੀਤ ਪਾਤਰ ਉਹਨਾਂ ਨੂੰ ਸਨਮਾਨ ਦੇਣਾ ਚਾਹੁੰਦੇ ਸੀ ਉਹਨਾਂ ਦੇ ਜਿਉਂਦੇ ਜੀ, ਪਰ ਅਨਫਾਰਚੁਨੇਟਲੀ ਵਿਛੋੜਾ ਦੇ ਗਏ ਉਹ, ਇਸ ਕਰਕੇ ਉਹ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਸਮਾਗਮ ਵੀ ਹੈ, ਇੱਕ ਤਰ੍ਹਾਂ ਉਹਨਾਂ ਦਾ ਸਨਮਾਨ ਸਮਾਗਮ ਵੀ ਹੈ। ਹਰਜਿੰਦਰ ਸਿੰਘ ਸਲਾਮ ਕਾਫਲੇ ਦੇ ਸੂਬੇ ਦੇ ਮੈਂਬਰ ਹਾਂ। ਅੱਜ ਦੀ ਮੀਟਿੰਗ ਦੇ ਵਿੱਚ ਵੱਖ ਵੱਖ ਸੰਘਰਸ਼ੀਲ ਤਬਕਿਆਂ ਦੀ ਮੀਟਿੰਗ ਹੋਈ ਹੈ, ਜਿਹਦੇ ਵਿੱਚ ਸੁਰਜੀਤ ਪਾਤਰ ਜੀ ਨੂੰ ਸ਼ਰਧਾਂਜਲੀ ਅਤੇ ਸਮਾਗਮ ਕਰਨ ਵਾਸਤੇ ਦਾਣਾ ਮੰਡੀ 'ਚ 9 ਜੂਨ ਦਾ ਪ੍ਰੋਗਰਾਮ ਹੋਣਾ। ਇਸ ਦੇ ਵਿੱਚ ਅਸੀਂ ਇਹ ਸੱਦਾ ਦੇਣਾ, ਜਿਹੜੇ ਸਾਡੇ ਪੰਜਾਬ ਭਰ ਦੇ, ਮੁਲਕ ਭਰ ਦੇ ਲੋਕ ਪੱਖੀ ਸਾਹਿਤਕਾਰ ਨੇ, ਬੁੱਧੀਜੀਵੀ ਨੇ, ਜਿਹੜੇ ਲੋਕਾਂ ਦੇ ਪੱਖ 'ਚ ਲਿਖਦੇ ਨੇ, ਬੋਲਦੇ ਨੇ, ਸੱਭਿਆਚਾਰ ਦੇ ਤੌਰ 'ਤੇ ਕੰਮ ਕਰਦੇ ਆ, ਉਹ ਅਸਲ 'ਚ ਲੋਕਾਂ ਦੇ ਜਾਏ ਨੇ, ਉਹਨਾਂ ਵਾਸਤੇ ਉਹ ਕੰਮ ਕਰਦੇ ਨੇ। ਉਹੀ ਲੋਕ ਨੇ ਜਿਹੜੇ ਲੋਕਾਂ ਨੂੰ ਜਾਗਰਤੀ ਦਿੰਦੇ ਨੇ, ਲੋਕਾਂ ਨੂੰ ਨਵੀਂ ਜ਼ਿੰਦਗੀ ਦਿੰਦੇ ਨੇ, ਲੋਕਾਂ ਨੂੰ ਨਵੀਂ ਸੇਧ ਦਿੰਦੇ ਨੇ, ਅਤੇ ਉਹਨਾਂ ਦਾ ਸਨਮਾਨ ਕਰਨਾ ਇਹ ਸਾਡਾ ਹੱਕ ਸਮਝਦੇ ਹਾਂ, ਅਸੀਂ ਮਾਣ ਸਮਝਦੇ ਹਾਂ। ਉਹਨਾਂ ਦੇ ਵਿਛੋੜੇ 'ਤੇ ਅਸੀਂ ਸਾਰੇ ਤਬਕਿਆਂ ਵੱਲੋਂ, ਸਾਰੇ ਮਿਹਨਤੀ ਲੋਕਾਂ, ਕਿਰਤੀ ਲੋਕਾਂ ਦੇ ਧੜੇ ਵੱਲੋਂ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਦੇਵਾਂਗੇ। ਅਤੇ ਇਹਦੇ ਨਾਲ ਹੀ ਅਸੀਂ ਇੱਕ ਸਲਾਮ ਮੈਗਜ਼ੀਨ ਕੱਢਦੇ ਹਾਂ, ਜਿਹੜਾ ਉਹਨਾਂ ਨੂੰ ਸਮਰਪਿਤ ਹੁੰਦਾ, ਉਹ ਅਸੀਂ ਜਾਰੀ ਕਰਾਂਗੇ। ਉਹਨਾਂ ਦੀ ਦੇਣ ਕੀ ਆ, ਉਹਨਾਂ ਦੀ ਕੁਰਬਾਨੀ ਕੀ ਆ ਕਿਰਤੀ ਲੋਕਾਂ ਦੇ ਪੱਖ 'ਚ, ਜਿਹੜੇ ਕਿਰਤੀ ਲੋਕਾਂ ਦੇ ਪੱਖ 'ਚ ਲਿਖਦੇ ਆ, ਬੋਲਦੇ ਆ, ਜਿਹੜੇ ਹਕੂਮਤਾਂ ਦੇ ਪੈਸਿਆਂ ਨਾਲ ਧੜਿਆਂ ਦੇ ਵਿੱਚ ਨਹੀਂ ਆਉਂਦੇ, ਲੋਕਾਂ ਦੇ ਪੱਖ 'ਚ ਹਰ ਕੁਰਬਾਨੀ ਕਰਕੇ ਉਹ ਮਤਲਬ ਲਿਖਦੇ ਨੇ, ਬੋਲਦੇ ਨੇ, ਉਹਨਾਂ ਨੂੰ ਸਲਾਮ ਆ। ਉਹ ਸਲਾਮ ਅਸੀਂ ਮੈਗਜ਼ੀਨ ਜਾਰੀ ਕਰਦੇ ਹਾਂ। ਇਹਦਾ ਸੱਦਾ ਪੱਤਾ ਵੀ ਅਸੀਂ ਇੱਕ ਜਾਰੀ ਕਰਾਂਗੇ, ਇੱਕ ਅਸੀਂ ਵਿਸ਼ੇਸ਼ ਉਹਨਾਂ ਦੀ ਦੇਣ ਆ ਜੋ ਕਵਿਤਾਵਾਂ ਦੇ ਰੂਪ 'ਚ ਆ, ਉਹ ਅਸੀਂ ਉਹਨੂੰ ਦਸਤਾਵੇਜ਼ ਦਾ ਰੂਪ ਦੇ ਕੇ, ਇੱਕ ਕਿਤਾਬ ਦਾ ਰੂਪ ਬਣਾ ਕੇ ਉਹ ਅਸੀਂ ਜਲਦੀ ਜਾਰੀ ਕਰਨ ਜਾ ਰਹੇ ਹਾਂ। ਸਾਰੇ ਸਾਹਿਤਕਾਰਾਂ ਨੂੰ, ਬੁੱਧੀਜੀਵੀਆਂ ਨੂੰ, ਲੋਕ ਪੱਖੀ ਲੇਖਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਸਲਾਮ ਕਾਫਲੇ ਵੱਲੋਂ, ਵੀ 9 ਜੂਨ ਨੂੰ ਬਰਨਾਲਾ ਦਾਣੇ ਮੰਡੀ 'ਚ ਹੋ ਰਹੇ ਵੱਡੇ ਇਕੱਠ ਦੇ ਵਿੱਚ ਉਹ ਵੀ ਜ਼ਰੂਰ ਸ਼ਾਮਲ ਹੋਣ, ਉਹ 'ਚ ਸਹਿਯੋਗ ਕਰਨ। ਇਹ ਕਿੰਨੇ ਵਜੇ ਸਟਾਰਟ ਹੋਊਗਾ ਅਤੇ ਕਿੰਨੇ ਵਜੇ ਤੱਕ? 9 ਜੂਨ ਨੂੰ ਸਵੇਰੇ 11 ਵਜੇ ਇਹ ਸ਼ੁਰੂ ਹੋਊਗਾ ਜੀ, ਇਹ 2:30-3 ਵਜੇ ਇਹ ਸਮਾਪਤ ਹੋ ਗਏ। ਜਿਵੇਂ ਕਿ ਗਰਮੀ ਦੀ ਰੁੱਤ ਆ, ਗਰਮੀ ਦੀ ਰੁੱਤ ਦੇ ਵਿੱਚ ਕੀ ਜਾਪਦਾ ਕਿ ਆਉਣਗੇ, ਮਤਲਬ ਕਿ ਇਹ ਉਹ ਲੋਕ ਨੇ ਜਿਹੜੇ ਗਰਮੀਆਂ ਸਰਦੀਆਂ, ਜਿਹੜੇ ਖੇਤਾਂ 'ਚ ਕੰਮ ਕਰਦੇ ਨੇ, ਮਿੱਲਾਂ 'ਚ ਕੰਮ ਕਰਨ ਵਾਲੇ ਮਜ਼ਦੂਰ ਨੇ, ਉਹਨਾਂ ਨੂੰ ਗਰਮੀ ਨਾਲੋਂ ਵੱਧ ਮਹੱਤਵ ਇਸ ਗੱਲ ਦਾ ਵੀ ਅਸੀਂ ਇਹ ਜੂਨ ਬਦਲਣੀ ਆ, ਇਹ ਜ਼ਿੰਦਗੀ ਬਦਲਣੀ ਆ, ਜਿਹੜੇ ਬਦਲਣ ਵਾਸਤੇ ਸਾਨੂੰ ਰਾਹ ਦਿੰਦੇ ਨੇ, ਉਹਦੇ ਨਾਲੋਂ ਇਹ ਗਰਮੀ ਕੋਈ ਔਖੀ ਨਹੀਂ, ਸਾਡੀ ਦੁਸ਼ਵਾਰੀਆਂ ਵਾਲੀ ਜ਼ਿੰਦਗੀ ਆ, ਇਹਨੂੰ ਬਦਲਣ ਵਾਸਤੇ ਅਸੀਂ ਆਪਣੇ ਸੁਨਹਿਰੇ ਭਵਿੱਖ ਵਾਸਤੇ ਲੜਦੇ ਹਾਂ, ਉਹਨਾਂ ਵਾਸਤੇ ਗਰਮੀ ਸਰਦੀ ਕੋਈ ਮਹੱਤਵ ਨਹੀਂ। ਇਹ ਕਿਸਾਨ ਮਜ਼ਦੂਰ ਜਿਹੜੇ 13 ਮਹੀਨੇ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਰਹੇ ਨੇ,
ਜਿਹੜੇ ਰੋਡ 'ਤੇ ਰੋਜ਼ ਬਹਿੰਦੇ ਨੇ, ਜਿਹੜੇ ਰੋਜ਼ ਹਕੂਮਤਾਂ ਨੂੰ ਵੋਟਾਂ ਵਾਲੀਆਂ ਪਾਰਟੀਆਂ ਨੂੰ ਘੇਰਦੇ ਨੇ, ਇਹ ਉਹਨਾਂ ਵਾਸਤੇ ਗਰਮੀ ਇਹ ਮਹੱਤਵ ਨਹੀਂ ਰੱਖਦੀ, ਉਹਨਾਂ ਵਾਸਤੇ ਆਪਣੀ ਮੰਜ਼ਿਲ ਨੂੰ ਸਰ ਕਰਨ ਵਾਸਤੇ ਇਹ ਟੀਚਾ ਨਾ।